ਸਤਿ ਸ਼੍ਰੀ ਅਕਾਲ ਦੋਸਤੋ, ਸਭ ਤੋਂ ਪਹਿਲਾਂ ਸਭ ਦਾ ਸਵਾਗਤ ਹੈ ਇਸ ਯੂਟਿਊਬ ਚੈਨਲ ਉੱਤੇ। ਚਲੋ ਹਾਲ ਜਾਣਦੇ ਹਾਂ ਪੰਜਾਬ ਵਿੱਚ ਕੱਲ੍ਹ ਦੇ ਮੌਸਮ ਦੇ ਬਾਰੇ ਵਿੱਚ। ਕੱਲ੍ਹ ਯਾਨੀ ਕਿ 6 ਜਨਵਰੀ ਨੂੰ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਧੁੰਦ ਦਾ ਕਹਿਰ ਦੁਬਾਰਾ ਤੋਂ ਸ਼ੁਰੂ ਹੋ ਜਾਵੇਗਾ। ਕੱਲ੍ਹ ਪੰਜਾਬ ਦੇ 90% ਇਲਾਕਿਆਂ ਵਿੱਚ ਬੱਦਲਵਾਈ ਅਤੇ ਬਾਰਿਸ਼ ਵੇਖਣ ਨੂੰ ਮਿਲੇਗੀ, ਜਿਸ ਨਾਲ ਠੰਡ ਵਿੱਚ ਕੱਲ੍ਹ ਹੋਰ ਜ਼ਿਆਦਾ ਇਜਾਫਾ ਹੋ ਜਾਵੇਗਾ। ਬੱਦਲਵਾਈ ਕਾਰਨ ਕੱਲ੍ਹ ਤੁਹਾਨੂੰ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਣਗੇ ਅਤੇ ਉੱਤਰ ਪੱਛਮੀ ਹਵਾ ਚੱਲੇਗੀ। ਉੱਤਰ ਪੱਛਮੀ ਹਵਾ ਦੀ ਗਤੀ 10 ਕਿਲੋਮੀਟਰ ਪ੍ਰਤੀ ਘੰਟਾ ਤੋਂ ਲੈ ਕੇ 11 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਰਹੇਗੀ, ਜੋ ਕਿ ਕਾਫ਼ੀ ਜ਼ਿਆਦਾ ਤੇਜ਼ ਰਹੇਗੀ ਅਤੇ ਸਰਦ ਹਵਾਵਾਂ ਚੱਲਣਗੀਆਂ। ਕੱਲ੍ਹ ਫਾਜ਼ਿਲਕਾ, ਫਿਰੋਜ਼ਪੁਰ, ਬਠਿੰਡਾ, ਮੁਕਤਸਰ, ਫਰੀਦਕੋਟ ਵਿੱਚ ਤਾਪਮਾਨ 11 ਡਿਗਰੀ ਤੋਂ 15 ਡਿਗਰੀ ਰਹੇਗਾ। ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਮੋਗਾ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਤਾਪਮਾਨ 9 ਡਿਗਰੀ ਤੋਂ 18 ਡਿਗਰੀ ਰਹੇਗਾ। ਸੰਗਰੂਰ, ਮਾਨਸਾ, ਬਰਨਾਲਾ, ਪਟਿਆਲਾ, ਮੋਹਾਲੀ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੀ ਗੱਲ ਕਰੀਏ ਤਾਂ ਪਾਰਾ 10 ਡਿਗਰੀ ਤੋਂ 18 ਡਿਗਰੀ ਰਹੇਗਾ। ਮੌਸਮ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਮੌਸਮ ਦੇ ਵਿੱਚ ਬੱਦਲਵਾਈ ਹੋ ਅਤੇ ਬਾਰਿਸ਼ ਹੋਣ ਕਾਰਨ ਪਰਸੋਂ ਤੋਂ ਯਾਨੀ ਕਿ 7 ਤਰੀਕ ਤੋਂ ਪਾਰੇ ਵਿੱਚ ਕਮੀ ਆਵੇਗੀ ਅਤੇ ਮੁੜ ਤੋਂ ਠੰਡ ਦੇ ਵਿੱਚ ਇਜਾਫਾ ਹੋ ਜਾਵੇਗਾ। 2 ਦਿਨ ਧੁੱਪ ਨਿਕਲਣ ਕਾਰਨ ਪੰਜਾਬ ਦੇ ਮੌਸਮ ਵਿੱਚ ਕੁਝ ਰਾਹਤ ਮਿਲੀ ਸੀ, ਪਰ ਇਸ ਤਰ੍ਹਾਂ ਹੁਣ 10 ਤਰੀਕ ਤੋਂ ਦੁਬਾਰਾ ਤੋਂ ਠੰਡ ਦੇ ਆਉਣ ਦੀ ਗੱਲ ਸਾਹਮਣੇ ਆ ਰਹੀ ਹੈ। ਕੱਲ੍ਹ ਸੂਰਜ ਚੜ੍ਹਨ ਦਾ ਸਮਾਂ ਸਵੇਰੇ 7:30 ਵਜੇ ਰਹੇਗਾ ਅਤੇ ਛਿਪਣ ਦਾ ਸਮਾਂ ਸ਼ਾਮ ਨੂੰ 5:48 ਰਹੇਗਾ। ਇਹ ਸੀ ਕੱਲ੍ਹ ਅਤੇ ਪਰਸੋਂ ਦੇ ਮੌਸਮ ਦੇ ਬਾਰੇ ਵਿੱਚ ਜਾਣਕਾਰੀ। ਹੋਰ ਨਵੇਂ ਅਪਡੇਟ ਨਾਲ ਤੁਹਾਡੇ ਨਾਲ ਫਿਰ ਹਾਜ਼ਰ ਹੁੰਦੇ ਹਾਂ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।